ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹੋ ਜਿਹਾ ਧੰਦਾ ਕਰਨ ਲੱਗ ਪੈਂਦੇ ਆ, ਮਾੜੇ ਕੰਮ ਵਾਲੇ ਪਾਸੇ ਚੱਲ ਜਾਂਦੇ ਆ ਉਹਨਾਂ ਨੂੰ। ਤਾਂ ਹੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ, ਸਾਰੇ ਮੁਹੱਲਿਆਂ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਲੋਕਾਂ ਦਾ ਸਾਥ ਲੈਂਦੇ ਹਾਂ ਵੀ ਸਾਨੂੰ ਇਨਫੋਰਮੇਸ਼ਨ ਜਿਹੜੀ ਸੱਚੀ ਮਿਲ ਜਾਏ। ਹਾਂ, ਇਹ ਗੱਲ ਹੁੰਦੀ ਕਈ ਵਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਲੋਕ ਦੀ ਇਨਫੋਰਮੇਸ਼ਨ ਦੇ ਦਿੰਦੇ ਆ। ਜਿਹੜੇ ਕੱਟ ਕਰਕੇ ਲੋਕਾਂ ਨੂੰ ਸਮਝਾਉਂਦੇ ਆ, ਉੱਥੇ ਦੱਸਿਆ ਗਿਆ ਕਿ ਫਲਾਨਾ ਬੰਦਾ ਇੱਕ ਨਸ਼ਾ ਵੇਚਦਾ, ਲੇਕਿਨ ਉਹ ਫੜਿਆ ਨਹੀਂ ਗਿਆ। ਇਹ ਰਹਾਣਾ ਖੁਰ ਦੀ ਗੱਲ ਆ, ਔਰ ਆਪ ਦੀ ਪਾਰਟੀ ਦਾ ਬੰਦਾ ਉਹੀ ਮੈਨੂੰ ਦੱਸ ਰਿਹਾ, ਕਹਿੰਦਾ ਯਾਰ ਕੋਈ ਕਿ ਸਾਡੀ ਗੱਲੇ ਨਹੀਂ ਸੁਣਦਾ। ਅਸੀਂ ਬੰਦੇ ਦਾ ਨਾਮ ਵੀ ਦੱਸਿਆ, ਲੇਕਿਨ ਉਹ ਬੰਦਾ ਫੜਿਆ ਨਹੀਂ ਗਿਆ। ਨਸ਼ਾਵਾਂ ਤੋਂ ਵੀ ਜ਼ਿਆਦਾ ਕਰੇ। ਇੱਥੋਂ ਅਸੀਂ ਚਾਹੁੰਦੇ ਹਾਂ ਕਿ ਹਲਕਾ ਜਿਹੜਾ ਹੈ ਨਾ, ਉਹਦੇ ਵਿੱਚ ਨਸ਼ਾ ਜੇ ਖਤਮ ਹੋ ਜਾਏ ਤਾਂ ਸਾਡੇ ਬੱਚੇ ਨੂੰ ਬਿਲਕੁਲ ਉਹਦੇ ਲਈ ਅਸੀਂ ਸਾਰੇ ਲੱਗੇ ਹੋਏ ਹਾਂ, ਤੁਹਾਡਾ ਸਹਿਯੋਗ ਵੀ ਅਸੀਂ ਮੰਗਦੇ ਹਾਂ। ਹਲਕੇ ਦੇ ਵਿੱਚ ਜੇ ਦੇਖੋ ਪਿੰਡ ਪਜੌੜਾ ਪੈਂਦਾ, ਉੱਥੇ 8-9 ਨਵੀਆਂ ਮੌਤਾਂ ਆਈਆਂ ਨਸ਼ੇ ਦੀਆਂ, ਲੇਕਿਨ ਉਹ ਬੰਦੇ ਫੜੇ ਨਹੀਂ ਜਾਂਦੇ। ਉਹ 18 ਗੱਡੀਆਂ 20-25 ਏਕੜ ਦੀਆਂ ਜ਼ਮੀਨ ਲੈ ਲਈ, ਸ਼ਰੇਆਮ ਨਸ਼ਾ ਉੱਥੇ ਵੇਚ ਦਿੰਦੇ। ਮੈਂ ਮੇਰਾ ਦੋਸਤ ਆ, ਕਈ ਵਾਰੀ ਜਿਹੜਾ ਹੈ ਹੀ ਹਰਾਮੀ ਬੰਦਾ ਆ, ਮਾੜਾ ਬੰਦਾ ਆ, ਜਾਂ ਉਹ ਕਿਸੇ ਨਾਲ ਫਰੋਡ ਕਰਦਾ ਜਾਂ ਖੋਹ ਕਰਦਾ, ਤਾਂ ਉਹ ਘਰਾਂ ਤੋਂ ਕੱਢੇ ਹੁੰਦੇ ਆ ਇਹੋ ਜਿਹੇ ਲੋਕ। ਉਹਨਾਂ ਨੂੰ ਘਰ ਵੀ ਨਹੀਂ ਚੱਲ ਰਿਹਾ ਹੁੰਦਾ, ਪਿੰਡ ਨਹੀਂ ਚੱਲ ਰਿਹਾ ਹੁੰਦਾ, ਸਮਾਜ ਨਹੀਂ ਚੱਲ ਰਿਹਾ ਹੁੰਦਾ, ਅਤੇ ਕਿਤੇ ਨਾ ਕਿਤੇ ਉਹ ਦੂਰ ਦੁਰਾਡੇ ਹੀ ਉਹਨਾਂ ਨੇ ਆਪਣਾ ਕਿਤੇ ਨਾ ਟਿਕਾਣਾ ਬਣਾਇਆ ਹੁੰਦਾ। ਇਸ ਕਰਕੇ ਅਸੀਂ ਉਹ ਚੀਜ਼ ਦੀ ਕੋਈ ਕਿਤੇ ਨਾ ਕਿਤੇ ਦੇਰੀ ਹੋ ਜਾਂਦੀ ਆ। ਉਹ ਨੈਚੁਰਲੀ ਹੈ ਵੀ ਜਿਹੜੇ ਬੰਦੇ ਨੂੰ ਉਹਦੇ ਨਾਲ ਕੋਈ ਧੱਕਾ ਹੋਇਆ ਅਤੇ ਉਹ ਬੰਦਾ ਫੜ ਨਹੀਂ ਹੋਇਆ ਜਾਂ ਉਹਦੇ ਕੰਮ ਦੇ ਵਿੱਚ ਦੇਰ ਹੋ ਗਈ ਆ, ਤਾਂ ਉਹ ਸੀਧਾ ਰੋਸ ਕਰਦਾ ਹੈ। ਕਈ ਲੋਕ ਇੱਦਾਂ ਦੇ ਆ ਜੀ, ਉਹ ਕੰਪਲੇਂਟ ਹੀ ਨਹੀਂ ਕਰਨਾ ਚਾਹੁੰਦੇ। ਅਤੇ ਹੁਣ ਇੱਕ ਤਾਜ਼ੀ ਵਾਰਦਾਤ ਹੋਈ, ਇੱਥੇ ਇੱਕ ਕੁੜੀ ਇੱਥੋਂ ਜਾ ਰਹੀ ਸੀ, ਉਹਦੇ ਪਿੱਛੇ ਮੁੰਡਿਆਂ ਨੇ ਜਿੱਦਾਂ ਮੂੰਹ ਬੰਨੇ ਹੋਏ ਸੀ, ਉਹਨੇ ਮੋਟਰਸਾਈਕਲ 'ਤੇ ਜਾਏ, ਉਹ ਕੁੜੀ ਕਿਸੇ ਪਾਰਲਰ 'ਚ ਨੱਠ ਕੇ ਬੜੀ ਕੁੰਡੀ ਲਾਈ ਉਹਨੇ, ਚਾਰੋਂ ਧੱਕੇ ਮਾਰਦੇ ਰਹੇ, ਲੇਕਿਨ ਅੰਦਰੋਂ ਇਕੱਠੇ ਹੋ ਗਏ ਸਾਰੇ ਜਿਹੜੇ ਮੁੰਡੇ ਆ ਗਏ, ਉਹਨੂੰ ਭਜਾਇਆ। ਆਹ ਹੁਣ ਪਰਸੋਂ ਦੀ, ਕੱਲ੍ਹ ਦੀ ਗੱਲ ਹੈ ਮੇਰੇ ਕੱਲ੍ਹ, ਇਹ ਮੈਲੀ ਦੀ ਮੈਲੀ, ਉਹ ਪਿੰਡ ਦੇ ਵਿੱਚੋਂ ਇੱਕ ਵਿਚਾਰੀ ਬਜ਼ੁਰਗ ਮਾਤਾ, ਉਹਦੀਆਂ ਬਾਲੀਆਂ ਲਾ ਕੇ ਧੱਕਾ ਦੇ ਕੇ ਉਹਨੂੰ ਦਿੱਤਾ, ਪਿੰਡ ਆ ਕੋਸ਼ਿਸ਼ ਕੀਤੀ ਉਹਨੂੰ ਬੰਨ ਦੀ, ਮਗਰ ਨੱਠੇ ਵੀ ਉਹਦੇ ਮੋਟਰਸਾਈਕਲ ਦਾ ਨੰਬਰ ਵੀ ਦੇਸ ਰਿਹਾ। ਤੁਹਾਨੂੰ ਪਤਾ ਹੁੰਦਾ ਵੀ ਇਹ ਬੰਦਾ ਵਾਕਿਆ ਹੁਣ ਭੱਜਿਆ ਹੋਇਆ, ਅਗਰ ਚੋਰ ਦੇ ਪੈਰ ਨਹੀਂ ਹੁੰਦੇ ਭੱਜਦਾ ਆ, ਉਹ 24 ਘੰਟੇ ਘਰ ਨਹੀਂ ਪੈਂਦਾ ਇਹੋ ਜਿਹਾ ਬੰਦਾ ਕਰਨ ਵਾਲਾ। ਇਹੋ ਜਿਹੇ ਬੰਦੇ ਨੂੰ ਲੱਭ ਕੇ ਟਰੇਸ ਕਰਕੇ ਹੀ ਇਹਦਾ ਪਿੱਛਾ ਕਰਕੇ ਫਿਰ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਦੇ ਹਾਂ ਕਿ ਜਿਹੜੇ ਬੱਚੇ ਗੁੰਮਰਾਹ ਹੋਏ ਹੋ ਆ, ਔਰ ਉਹ ਮਾੜੀਆਂ ਸਟੈਕਿੰਗ ਕਰਕੇ ਨਸ਼ੇ ਦੇ ਲੱਤ ਨੂੰ ਲੱਗ ਗਈ ਆ, ਲੇਕਿਨ ਉਹ ਕਿਤੇ ਨਸ਼ਾ ਲੈਣ ਜਾਇਆ, ਉਹਨਾਂ ਦੇ ਖਿਲਾਫ਼ ਫੈਸਲਾ ਕੀਤਾ ਜਾਂਦਾ ਜਿਹੜੇ ਨਸ਼ਾ ਬੀਜ ਰਹੇ, ਲੇਕਿਨ ਉਹਨਾਂ ਦੇ ਖਿਲਾਫ਼। ਦੇਖੋ ਅਸੀਂ ਇਹ ਦੇਖਣ ਨੂੰ ਆਇਆ, ਨਸ਼ਾ ਜਿਹੜੇ ਦਸਤ ਰਹੇ ਉਹਨਾਂ ਦੇ ਘੱਟ ਪਰਤੇ ਹੁੰਦੇ ਆ ਪੀਣ ਵਾਲਿਆਂ ਦੇ ਖਿਲਾਫ਼। ਦੇਖੋ ਕਾਨੂੰਨ ਕਹਿੰਦਾ ਆ ਵੀ ਜਿਹੜਾ ਜਿਹੜੇ